ਅੱਜ ਦੀ ਵੀਡੀਓ ਤਾਂ ਬਹੁਤ ਹੀ ਵਧੀਆ ਬਣੀ ਹੈ ਬਟ ਅਸੀਂ ਥੋੜੀ ਥੋੜੀ ਕਲਿੱਪ ਪਾਵਾਂਗੇ ਜ਼ਿਆਦਾ ਨਹੀਂ ਕਿਸੇ ਦੀ ਰੋਜ਼ੀ ਰੋਟੀ ਹੁੰਦੀ ਹੈ ਕਿਸੇ ਦੇ ਵਿੱਚ ਲੱਤ ਨਹੀਂ ਮਾਰ ਸਕਦੀ ਕਿਸੇ ਨੂੰ ਵੀ ਕਿਉਂਕਿ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੁੰਦੀ ਹੈ ਇਸ ਕਰਕੇ ਹਾਂਜੀ ਕਿੱਦਾਂ ਸਾਰੇ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਕਿਵੇਂ ਸਭ ਠੀਕ ਹੋ ਅੱਜ ਦਾ ਬਲੌਗ ਬੜਾ ਹੀ ਮਜ਼ੇਦਾਰ ਹੈ ਬੜਾ ਹੀ ਜ਼ਬਰਦਸਤ ਅੱਜ ਅਸੀਂ ਚੱਲੇ ਹਾਂ ਸਰਕਸ ਦੇਖਣ ਮੇਰੇ ਨਾਲ ਚੱਲੇ ਨੇ ਫਤਿਹ ਸਿੰਘ ਦੇ ਪਾਪਾ ਚਲੀਏ ਫਿਰ ਮੇਰੇ ਵੱਲੋਂ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਫਤਿਹ ਸਿੰਘ ਅੱਜ ਚੱਲੇ ਹਾਂ ਸਰਕਸ ਦੇਖਣ ਪਲੈਨਿੰਗ ਤਾਂ ਕਈ ਦਿਨਾਂ ਤੋਂ ਸੀ ਬਟ ਟਾਈਮ ਸਾਡਾ ਅੱਜ ਲੱਗਾ ਚਲੋ ਫਿਰ ਚੱਲਦੇ ਹਾਂ ਤੇ ਬਾਕੀ ਆਪਾਂ ਉੱਥੇ ਜਾ ਕੇ ਬਲੌਗ ਬਣਾਉਣੇ ਆ ਦੇਖੋ ਮਾਰਕੀਟ ਕਿੰਨਾ ਵਾਲਾ ਬਾਜ਼ਾਰ समान हो गया हम अंदर चलते हैं टिकटा लेने भी पालो बिच ही आओ चलिए मजेदार वाली वीडियो बननी है मजा आने वाला है देखते रहो साड़ी बस वीडियो के नाल जुड़े रहो टिकट लगे सी लैण आ देखो जी अंदर का व्यू भैया टिकट कहाँ से डिपॉजिट करवानी है टिकट कहाँ डिपॉजिट करवानी है डिपॉजिट कहाँ से मांगते हैं अंदर शो इधर जाना पड़ेगा शो के लिए इधर दी आओ दूजी बारी आया देखते हैं किदां दी है कि उदो हाथी घोड़े बहुत होंगे सके हुण तां पाबंदी लगी हुई है ना गवर्नमेंट ने लाई है जानवर ते हुण देखते हैं इत्थे की दिखाउंदे आ स्पीकर वगैरह लगे सुनते होने असि बहुत उची बोल रहे हैं जाके कैमरे तक आवाज जाके आ रही है बस तुम वीडियो का इंजॉय करो इन वो तो वो शेयर करो
बहुत सोहना करते पे है जी, ते मैं थोड़े थोड़े क्लिप पाई जाऊंगा ते तुही थोड़ा थोड़ा इंजॉय करी जायो इतने आके देखियो।
ਦੇਖੋ ਰਸ਼ ਤਾਂ ਬਹੁਤ ਹੀ ਜ਼ਿਆਦਾ ਤੁਹਾਨੂੰ ਦਿਖਾਉਣੀ ਆ ਅੱਜ ਦੀ ਵੀਡੀਓ ਤੇ ਬਹੁਤ ਹੀ ਵਧੀਆ ਬਣੀ ਹੈ ਬਟ ਅਸੀਂ ਥੋੜੀ ਥੋੜੀ ਕਲਿੱਪ ਪਾਵਾਂਗੇ ਜ਼ਿਆਦਾ ਨਹੀਂ ਕਿਉਂਕਿ ਕਿਸੇ ਦੀ ਰੋਜ਼ੀ ਰੋਟੀ ਹੁੰਦੀ ਹੈ ਅਸੀਂ ਇਹਦੇ ਵਿੱਚ ਲੱਤ ਨਹੀਂ ਮਾਰ ਸਕਦੇ ਕਿਸੇ ਦਿਨ ਵੀ ਕਿਉਂਕਿ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੁੰਦੀ ਹੈ ਇਸ ਕਰਕੇ ਕਿ ਬਹੁਤ ਹੀ ਤੁਸੀਂ ਵੀ ਇੱਕ ਵਾਰ ਵਿਜ਼ਿਟ ਕਰਿਓ ਬਹੁਤ ਹੀ ਅੱਛਾ ਹੈ ਬਹੁਤ ਹੀ ਇੰਜੋਏਫੁਲ ਹੈ ਲੋ ਜੀ ਰਸ਼ ਦੇਖੋ ਬਹੁਤ ਹੀ ਜ਼ਿਆਦਾ ਸੀ ਹੁਣ ਤਾਂ ਥੋੜ੍ਹਾ ਰਹਿ ਗਿਆ ਕਿਉਂਕਿ ਹਰ ਕੋਈ ਪਹਿਲਾਂ ਕਾਲੀ 'ਤੇ ਨਿਕਲਣ ਦੀ ਗੱਲ ਆ ਉੱਧਰ ਬੱਚੇ ਦੇਖੋ ਬੱਚੇ ਕਰ ਰਹੇ ਇੰਜੋਏ ਬੱਚਿਆਂ ਦੇ ਇੰਜੋਏ ਦੇ ਲਈ ਲਗਾਏ ਆ ਝੂਲੇ ਮਿੱਕੀ ਵਾਲੇ ਦੇਖ ਸਕਦੇ ਹੋ ਫਤਿਹ ਸਾਡਾ ਥੱਕ ਗਿਆ ਇਸ ਲਈ ਫਤਿਹ ਕਹਿੰਦਾ ਮੈਂ ਨਹੀਂ ਲੈਣੇ ਫਤਿਹ ਖੜਾ ਆ ਬਹੁਤ ਹੀ ਅੱਛੀ ਸਰਕਲ ਸਰ ਅਗਰ ਕਿਸੇ ਨੇ ਆਉਣਾ ਹੋਵੇ ਇਹਦੇ ਸ਼ੋਅ ਦਾ ਟਾਈਮ ਤਿੰਨ ਪਾਰਟ ਵਿੱਚ ਵੰਡਿਆ ਹੋਇਆ 1 ਵਜੇ 4 ਵਜੇ ਤੇ 7:30 ਵਜੇ 2 ਘੰਟੇ ਦਾ ਸ਼ੋਅ ਹੁੰਦਾ ਬਹੁਤ ਹੀ ਵਧੀਆ ਸਰਕਸ ਦਿਖਾਉਂਦੇ ਆ ਇੱਕ ਵਾਰ ਤੁਸੀਂ ਆ ਕੇ ਜ਼ਰੂਰ ਵਿਜ਼ਿਟ ਕਰਿਓ ਬਹੁਤ ਹੀ ਅੱਛੀ ਹੈ ਆਹ ਦੇਖੋ ਜੀ ਟਿਕਟ 100 ਰੁਪਿਆ ਬੁਕਿੰਗ ਕਾਊਂਟਰ ਇੱਥੋਂ ਟਿਕਟ ਮਿਲ ਜਾਂਦੀ ਹੈ 100 ਰੁਪਿਆ ਬਟ 3 ਸਾਲ ਤੋਂ ਅਬਵ ਦੇ ਬੱਚੇ ਦੀ ਵੀ ਟਿਕਟ ਲੱਗਦੀ ਹੈ ਤੇ ਇਹਦੇ ਵਿੱਚ ਵੀ ਟਿਕਟ ਚਾਰਜਿਸ ਵੀ ਅਲੱਗ ਅਲੱਗ ਹੈ ਫਰੰਟ ਤੇ ਬਹਿਣਾ 300 ਵਿਚਕਾਰ ਬਹਿਣਾ 200 ਔਰ ਲਾਸਟ ਵਿੱਚ ਬਹਿਣਾ ਤੇ 100 ਰੁਪਿਆ ਬਾਕੀ ਆਪਣੀ ਕਪੈਸਿਟੀ ਦੇ ਅਕੋਰਡਿੰਗ ਤੁਸੀਂ ਆਪਣੀ ਟਿਕਟ ਲੈ ਸਕਦੇ ਹੋ ਆਹ ਦੇਖੋ ਜੀ ਇੱਥੇ ਪੂਰਾ ਲਿਖਿਆ ਹੋਇਆ ਆ ਇੰਜੋਏ ਕਰ ਲਿਆ ਅਸੀਂ ਫੁੱਲ ਹੁਣ ਅਸੀਂ ਚੱਲੇ ਆ ਘਰ ਨੂੰ ਫਤਿਹ ਮਜ਼ਾ ਆਇਆ ਫਤਿਹ ਦੱਸੋ ਦਾ ਹੈ ਕਿੰਨਾ ਕੁ ਮਜ਼ਾ ਆਇਆ ਵਧੀਆ ਸੀ ਨਾ ਕਿ ਕਿਸੇ ਦੀ ਰੋਜ਼ੀ ਰੋਟੀ ਹੁੰਦੀ ਆ ਅਸੀਂ ਚਾਹੁੰਦੇ ਆ ਕਿ ਉਹ ਵੀ ਆਪਣਾ ਕਾਰੋਬਾਰ ਛੱਡ ਕੇ ਇੱਥੇ ਅੱਗੇ ਦੂਰ ਆਏ ਆ ਰੋਟੀ ਕਮਾਉਣ ਵਾਸਤੇ ਤੇ ਵਧੀਆ ਤਰੀਕੇ ਨਾਲ ਉਹਨਾਂ ਦਾ ਵੀ ਹੋ ਜਾਵੇ ਬਹੁਤ ਵਧੀਆ ਉਹਨਾਂ ਨੇ ਨਾ ਬਹੁਤ ਆਪਣੇ ਵੱਲੋਂ ਬਹੁਤ ਬਹੁਤ ਹਾਂ ਦਿਲੋਂ ਦਿਲੋਂ ਉਹਨਾਂ ਨੇ ਕੀਤਾ ਤਾਂ ਇੰਨੇ ਸਟੰਟ ਸੀਗੇ ਨਾ ਤੇ ਬਹੁਤ ਜ਼ਬਰਦਸਤ ਸਟੰਟ ਸੀਗੇ ਤੇ ਦੇਖਣ ਤੇ ਵਿੱਚ ਰੂਹ ਖੁਸ਼ ਹੋ ਜਾਂਦੀ ਆ ਕਿ ਬਹੁਤ ਵਧੀਆ ਚੀਜ਼ ਕੀਤੀ ਹੋਈ ਹੈ ਨਾ ਬਹੁਤ ਜ਼ਿਆਦਾ ਹਨਾ ਫਤਿਹ ਫਤਿਹ ਨੂੰ ਤਾਂ ਬਹੁਤ ਮਜ਼ਾ ਆਇਆ ਫਤਿਹ ਤਾਂ ਇੰਜੋਏ ਕਰਨ ਕੀ ਕਹਿਣਾ ਚਾਹੁੰਦੇ ਦੇਖ ਕੇ ਆਪਣੇ ਫਰੈਂਡਸ ਨੂੰ ਕੀ ਕਹਿਣਾ ਚਾਹੁੰਦੇ ਹੋ ਫਰੈਂਡਸ ਤੁਸੀਂ ਵੀ ਇੱਥੇ ਆਓ ਔਰ ਦੇਖੋ ਤੁਸੀਂ ਵੀ ਫਨ ਕਰੋ ਆ ਕੇ ਹਾਂ ਫਨ ਪੂਰਾ ਫਨ ਕਰੋ ਬਹੁਤ ਵਧੀਆ ਤੇ ਜ਼ਬਰਦਸਤੀ ਸੀਨ ਸੀਗੇ ਸਾਰੇ ਆਲਮੋਸਟ ਪਟੇਲ ਚੌਂਕ ਆ ਕੇ ਉਤੋਂ ਬਾਅਦ ਸਾਈਂ ਦਾਸ ਸਕੂਲ ਦੀ ਗਰਾਊਂਡ ਵਿੱਚ ਚਲੇ ਜਾਣ ਉੱਥੇ ਲੱਗੀ ਹੋਈ ਹੈ ਜੈਮਿਨ ਸਰਕਸ ਸਾਡਾ ਅੱਜ ਦਾ ਬਲੌਗ ਰਾਤ ਬਹੁਤ ਹੋ ਗਈ ਹੈ ਬਾਏ ਬਾਏ।